ਹਿਟਲਰ ਕਹਿੰਦੇ ਨੇ ਹਏ ਪਾਵਾਂ ਨਿਤ ਖਲਾਰੇ। हाँ जी, थोड़े सारियां दा बहुत बहुत स्वागत है मेरे यूट्यूब चैनल ते। मैनू पूरी उम्मीद है कि तुसी सारे ठीक होवोंगे। सो अज दी वीडियो शुरू करदे आं। सारियां नूं प्यार भरी सत श्री अकाल। ਗੱਲ ਕਰੋ, ਸਤਿ ਸ਼੍ਰੀ ਅਕਾਲ ਛੱਡੋ। ਅੱਛੇ ਗਾਰਡਨ ਦੇ ਵਿੱਚ ਆਏ ਸੀ ਜੀ, ਥੋੜੇ ਜਿਹੇ ਬ੍ਰੀਕ ਡੱਕੇ ਲੈ ਕੇ ਜਾਣੇ ਸੀਗੇ ਤੰਦੂਰ ਦੇ ਵਿੱਚ ਪਾਉਣ ਨੂੰ। ਓ ਮਾਈ ਗੋਡ। ਫਿਰ ਆਂਟੀ, ਇਹਦੇ ਵਿੱਚ ਵਲੌਗ ਬਣਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀਗੀ ਜੇ ਤੁਸੀਂ ਡੱਕੇ ਇਕੱਠੇ ਕਰਨਾ ਆ। ਵੈਸੇ ਤੁਸੀਂ ਸਾਰੇ ਜਾਣੇ ਇਸ ਫੈਮਿਲੀ ਨੂੰ ਜਾਣਦੇ ਹੋਣੇ ਆ। ਇਹਨਾਂ ਦਾ ਚੈਨਲ ਹੈ ਨਾ ਇੰਡੀਅਨ ਮੋਮ ਕੁਕਿੰਗ, ਤੇ ਇੱਕ ਇਹਨਾਂ ਦਾ ਦੂਜਾ ਚੈਨਲ ਹੈ ਪੰਜਾਬੀ ਵਲੌਗਰ ਦਾ। ਤੇ ਇਹ ਇੰਡੀਅਨ ਮੋਮ ਕੁਕਿੰਗ ਵਾਲੇ ਵੀ ਨਾ ਕੋਈ ਨਵੀਂ ਚੀਜ਼ ਕਰਦੇ ਹੀ ਰਹਿੰਦੇ ਆ। ਜਿੱਦਾਂ ਇਹਨਾਂ ਨੇ ਆ ਥੰਬਨੇਲ ਪਾਇਆ ਕਿ ਮਹਿਕ ਨੂੰ ਕਿੱਦਾਂ ਲੱਗਾ ਕੋਸਕੋ ਸਟੋਰ। ਨਹੀਂ, ਮਹਿਕ ਦਾ ਰਿਵਿਊ ਲੈਣਾ ਕਿਉਂ ਜ਼ਰੂਰੀ ਆ? ਜੇ ਮਹਿਕ ਨੂੰ ਨਾ ਵੀ ਵਧੀਆ ਲੱਗਾ ਨਾ ਤਾਂ ਵੀ ਉਹ ਸਟੋਰ ਬੰਦ ਨਹੀਂ ਹੋਣਾ, ਉਹ ਚੱਲਦਾ ਹੀ ਰਹਿਣਾ ਆ। ਵੈਸੇ ਮੈਂ ਕਿੰਨੀ ਵਾਰੀ ਸੋਚਿਆ ਕਿ ਇਹਨਾਂ ਦੇ ਉੱਪਰ ਰੋਸਟ ਕਰਾਂ, ਪਰ ਇਹ ਬੰਦੇ ਇੰਨੇ ਜ਼ਿਆਦਾ ਸੈਲਫ ਅਬਸੈਸਡ ਆ ਨਾ, ਕੋਈ ਵੀ ਚੀਜ਼ ਬਣਾਓਗੇ, ਦਾਲ ਸਬਜ਼ੀ ਬਣਾਓਗੇ, ਆਪਣੀਆਂ ਇੰਨੀਆਂ ਤਰੀਫਾਂ ਕਰੀ ਜਾਓਗੇ ਨਾ, ਬੰਦੇ ਤੋਂ ਦੇਖ ਹੀ ਨਹੀਂ ਹੁੰਦਾ ਹੈਗਾ। ਬੰਦਾ ਕਹਿੰਦਾ ਯਾਰ ਇੰਨਾ ਕੌਣ ਕਮਲ ਕੁੱਟਦਾ ਹੁੰਦਾ ਆ। ਅਤੇ ਐਕ ਇਹਨਾਂ ਦੀ ਮਾਤਾ ਆ ਨਾ, ਉਹ ਤਾਂ ਗੱਲਾਂ ਤੋਂ ਇੰਨੀ ਜ਼ਿਆਦਾ ਕਲੈਵਰ ਲੱਗਦੀ ਹੁੰਦੀ, ਤਾਂ ਉਹਨੂੰ ਮਾਣ ਇੰਨਾ ਜ਼ਿਆਦਾ ਹੈ ਨਾ ਆਪਣੇ ਆਪ 'ਤੇ, ਉਹਨੂੰ ਇੱਦਾਂ ਲੱਗਦਾ ਕਿ ਉਹਦੇ ਤੋਂ ਵਧੀਆ ਚੀਜ਼ ਕੋਈ ਬਣਾ ਹੀ ਨਹੀਂ ਸਕਦਾ ਖਾਣ ਵਾਲੀ। ਤੁਸੀਂ ਕੋਈ ਵੀ ਉਹਦੀ ਵੀਡੀਓ ਚੱਕ ਕੇ ਦੇਖ ਲਿਓ, ਉਹਨੂੰ ਇੱਦਾਂ ਸ਼ੋ ਕਰੀ ਜਾਣਾ ਕਿ ਜੋ ਮੈਂ ਕਰਦੀ, ਜੋ ਮੈਂ ਬਣਾਉਣੀ ਆ ਉਹ ਬੈਸਟ ਆ, ਇਸ ਤੋਂ ਬਾਅਦ ਕੁਛ ਨਹੀਂ ਹੋ ਸਕਦਾ। ਠੀਕ ਹੈ, ਸਭ ਤੋਂ ਪਹਿਲਾਂ ਲਾ ਦਿਓ ਟਿੱਕੀ। ਹਾਂਜੀ, ਹੁਣ ਤੁਸੀਂ ਲਾ ਦਿਓ ਟਮਾਟਰ ਸਲਾਈਸ, ਪਿਆਜ਼ ਲਗਾ ਲਓ, ਤੂੰ ਲਾ ਪਾਉਣੀ ਆ ਨਿਊਡਲ ਪਾ ਦਿਓ ਮਾੜੀ ਜੀ। ਇਹ ਲਓ ਜੀ, ਇਹ ਹੋ ਗਿਆ ਆਪਣਾ ਬਰਗਰ ਤਿਆਰ। ਚਲੋ ਹੁਣ ਲੈ ਜਾ, ਜਿਹਨੇ ਜਿਹਨੇ ਖਾਣਾ ਦੋ ਬਾਕੀ ਤਿਆਰ ਕਰਦੇ। ਸੋ ਬਰਗਰ ਹੋ ਗਿਆ ਰੈਡੀ, ਜਵਾਕਾਂ ਦੇ ਬਰਗਰ ਵੀ ਰੈਡੀ ਨੇ ਤੇ ਜਵਾਕ ਵੀ ਰੈਡੀ। ਤੇ ਆਂਟੀ, ਹੁਣੇ ਬਰਗਰ ਇੰਨੇ ਕਾਲੇ ਕਰ ਦਿੱਤੇ ਨਾ ਜਾਲ ਕੇ, ਕਮ ਸੇ ਕਮ ਤੁਸੀਂ ਵੀਡੀਓ ਦੇ ਵਿੱਚ ਦੋ ਬਰਗਰ ਤਾਂ ਸੋਹਣੇ ਲੈ ਲਓ, ਤਾਂ ਕਿ ਲੋਕਾਂ ਨੂੰ ਇੱਦਾਂ ਲੱਗੇ ਕਿ ਹਾਂਜੀ ਸੋਹਣੇ ਬਣਾਏ ਆ। ਬਣਾਏ ਵੀ ਤੁਸੀਂ ਐਨ ਜਾਲ ਕੇ ਆ, ਤੇ ਉੱਪਰੋਂ ਕੌਨਫੀਡੈਂਸ ਆਂਟੀ 'ਚ ਦੇਖੋ ਪੂਰਾ ਐਨ। ਟਰੱਕ ਸੇਰ ਸਾਰਾ ਗੇੜਾ ਕੱਢਿਆ ਆ, ਪਰ ਜਿਹੜਾ ਮੈਂ ਟਰੱਕ ਨੰਬਰ ਲੱਭ ਰਿਹਾ ਉਹ ਟਰੱਕ ਹੀ ਨਹੀਂ ਹੈਗਾ ਉਰੇ। ਤੇ ਮੈਨੂੰ ਐਂ ਵੀ ਆ ਜਿਵੇਂ ਅੱਜ ਕੱਲ੍ਹ ਟਰੱਕਾਂ ਦੀਆਂ ਇੰਨੀਆਂ ਚੋਰੀਆਂ ਚੱਲ ਰਹੀਆਂ ਨੇ, ਕਦਾਂ ਮੈਨੂੰ ਉਰੇ ਕਹਿਣਾ ਤਾਂ ਭਾਈ ਤੂੰ ਯਾਰਡ 'ਚ ਕੀ ਕਰਦਾ ਫਿਰਦਾ। ਹਾਂ, ਵੈਸੇ ਇਹਨੂੰ ਬੰਦਾ ਕੁਛ ਵੀ ਕਹਿ ਸਕਦਾ ਹੈ ਕਿਉਂਕਿ ਇਹ ਤਾਂ ਸ਼ਕਲੋਂ ਤੇ ਚੋਰ ਲੱਗਦਾ। ਬਾਕੀ ਇਹਨਾਂ ਦੇ ਉੱਪਰ ਪੂਰੀ ਵੀਡੀਓ ਬਾਅਦ ਵਿੱਚ ਬਣਾਵਾਂਗੇ, ਤੇ ਹੁਣ ਆਪਾਂ ਮਿਸਟਰ ਐਂਡ ਮਿਸਿਸ ਬਾਵਾ ਦੀ ਗੱਲ ਸੁਣਦੇ ਆ। ਜੀ 6 ਵਜੇ ਵੀਡੀਓ ਪੈਂਦੀ ਆ ਰੋਜ਼, ਤੇ ਉਹ ਆਪਾਂ ਲੇਟ ਹੋ ਗਏ, ਤੇ ਸ਼ਾਇਦ ਤੁਸੀਂ ਸਾਰੇ ਜਣਿਆਂ ਨੇ ਉਹ ਵਾਲੀ ਵੀਡੀਓ ਨੂੰ ਪਿਆਰ ਨਹੀਂ ਦਿੱਤਾ। ਉਦੋਂ ਤੁਸੀਂ ਕਹਿੰਦੇ ਆ ਖੁਸ਼ੀ ਵਾਲੇ ਵਲੌਗਸ ਬਣਾਇਆ ਕਰੋ, ਖੁਸ਼ੀ ਵਾਲੇ ਵਲੌਗਸ ਬਣਾਇਆ ਕਰੋ। ਜਦੋਂ ਖੁਸ਼ੀ ਵਾਲੇ ਵਲੌਗਸ ਬਣਾਉਂਦੇ ਫਿਰ ਤੁਸੀਂ ਦੇਖਦੇ ਨਹੀਂ ਹੈਗੇ, ਮਤਲਬ ਤੁਸੀਂ ਇਹੀ ਦੇਖਦੇ ਆ ਵੀ ਹੈ ਨਾ ਆਪਾਂ ਰੋਂਦੇ ਆ, ਉਦੋਂ ਹੀ ਦੇਖਣ ਆਉਂਦੇ ਹੋ। ਅੱਛਾ, ਇਹ ਵਜ੍ਹਾ ਆ ਕਿ ਤੁਸੀਂ ਸਾਰਾ ਦਿਨ ਰੋਂਦੇ ਰੋਂਦੇ ਵੀਡੀਓ ਪਾਉਂਦੇ ਆ, ਕਿਉਂਕਿ ਲੋਕੀ ਤੁਹਾਨੂੰ ਐਦਾਂ ਦੇਖਣਾ ਚਾਹੁੰਦੇ ਆ। ਵੈਸੇ ਅੱਜ ਕੱਲ੍ਹ ਤਾਂ ਗੋਬਿੰਦੇ ਸਰਦਾਰ ਦੀਆਂ ਵੀਡੀਓ ਬਹੁਤ ਚੱਲਦੀਆਂ ਆ, ਤੁਸੀਂ ਉਹ ਵੀ ਬਣਾ ਸਕਦੇ ਆ। ਆਪਾਂ ਮਤਲਬ ਨੇਲ ਐਕਸਟੈਂਸ਼ਨ ਕਰਵਾਈ ਹੈ ਨਾ, ਬਹੁਤ ਹੀ ਮਿਹਨਤੀ ਮਤਲਬ ਹੈਗੇ ਆ ਦੀ, ਤੇ ਕੋਈ ਉਹਨਾਂ ਨੇ ਇਦਾਂ ਨਹੀਂ ਹੈਗਾ ਵੀ ਫੇਕ ਚੀਜ਼ ਯੂਜ਼ ਕੀਤੀ ਹੋਵੇ ਕਿ। ਹਾਂ ਬਿਲਕੁਲ, ਉਹਨੇ ਕੋਈ ਫੇਕ ਚੀਜ਼ ਨਹੀਂ ਯੂਜ਼ ਕੀਤੀ ਹੈਗੀ, ਕਿਉਂਕਿ ਉਹਨੇ ਆਪਣੇ ਓਰੀਜਨਲ ਨੌਹ ਪੱਟ ਕੇ ਇਹਦੇ ਨੌਹਾਂ 'ਤੇ ਲਾਤੇ ਸੀਗੇ। ਕਿੱਦਾਂ ਦੀਆਂ ਗੱਲਾਂ, ਜਾਂ ਤੁਸੀਂ ਐਕਸਟੈਂਸ਼ਨ ਕਰਵਾਉਣ ਜਾਂਦੇ ਤਾਂ ਉਹਨਾਂ ਨੇ ਫੇਕ ਹੀ ਲਾਉਣੀ ਤੁਹਾਡੀ ਸਾਰੀਆਂ ਚੀਜ਼ਾਂ। ਕਿਹੜੀ ਚੀਜ਼ ਉਹਨਾਂ ਨੇ ਓਰੀਜਨਲ ਲਾਉਣੀ ਆ ਤੁਹਾਡੇ? ਯਾਰ ਨਕਲੀ ਨੌ, ਨਕਲੀ ਬਾਲ, ਨਕਲੀ ਪਲਕਾਂ, ਫਿਰ ਉਹਦੇ ਵਿੱਚ ਓਰੀਜਨੈਲਿਟੀ ਭਾਲਦੀਆਂ ਕੁੜੀਆਂ ਹੱਥ ਦੇ ਆ ਯਾਰ। ਵੈਸੇ ਨਾ ਪੈਸਾ ਬਹੁਤ ਜ਼ਿਆਦਾ ਜ਼ਰੂਰੀ ਹੈ ਬੰਦੇ ਦੀ ਜ਼ਿੰਦਗੀ ਦੇ ਵਿੱਚ, ਅਤੇ ਬੰਦਾ ਕਈ ਤਰੀਕੇ ਸੋਚਦਾ ਨਾ ਵੀ ਇੱਦਾਂ ਵੀ ਪੈਸਾ ਕਮਾਵਾਂ ਜਾਂ ਇੱਦਾਂ ਕਮਾਵਾਂ। ਬੰਦਾ ਦੋ ਜੋਬਾਂ ਵੀ ਕਰਦਾ ਪੈਸੇ ਕਮਾਉਣ ਲਈ, ਪਰ ਮੈਂ ਪਰਸਨਲੀ, ਮੇਰੇ 'ਤੇ ਜਿੰਨਾ ਮਰਜ਼ੀ ਔਖਾ ਟਾਈਮ ਆ ਜਾਵੇ, ਮੈਂ ਕਦੀ ਵੀ ਆਪਣੇ ਪੇਰੈਂਟਸ ਨੂੰ ਇੱਦਾਂ ਯੂਜ਼ ਨਹੀਂ ਕਰੂੰਗੀ ਪੈਸੇ ਕਮਾਉਣ ਦੇ ਲਈ, ਕਦੀ ਵੀ ਨਹੀਂ। ਆਹ ਹਿੱਸਾ ਖਾ ਜੂਗਾ ਤਾਂ ਉਹਦਾ ਕੀ ਬਣੂੰਗਾ, ਉਹਦੇ ਨਿਕਲ ਜਾਣਗੇ ਮਿਆਕ, ਇੱਦਾਂ ਦਾ ਪਿੰਜਰ ਬਣ ਜੂ ਬੰਦਾ। ਮੰਮੀ ਆਹ ਖਾ ਕੇ ਇੰਨੀ ਇੰਨੀ ਜੀਭ 'ਤੇ ਰੱਖ ਕੇ ਚੱਲ, ਬਾਅਦ ਉਸ ਨੂੰ ਥੁੱਕਦੀ ਭਾਵੇਂ, ਉਸ ਟਾਈਮ ਥੁੱਕਦੀ ਭਾਵੇਂ ਜੀਭ ਦੇ ਉੱਤੇ ਰੱਖੇ ਨਾ ਮਾੜੀ ਜਿਹੀ ਵੇ ਮਲ ਤੇ ਹੈ ਕਰਨ ਵਾਲੇ ਹੈ ਮਲ ਤੇ ਸਹੀ ਮਾੜੀ ਜੀ ਕੀ ਹੈ ਮੰਮੀ ਮੰਮੀ ਕੀ ਹੈ ਕਿੱਡਾ ਬੇਹਿਆ ਬੰਦਾ ਆ, ਪਿੱਛੇ ਦੌੜਿਆ ਆਪਣੀ ਮੰਮੀ ਦੇ ਰਿਐਕਸ਼ਨ ਲੈਣ ਲਈ। ਬੰਦਾ ਕਹਿੰਦਾ ਅੱਗੇ ਉਹ ਬਿਮਾਰ ਰਹਿੰਦੇ ਆ, ਤੇਰੇ ਮੰਮੀ ਵੀ ਤੇਰਾ ਡੈਡੀ ਵੀ, ਹੈ ਨਾ, ਵੀ ਉਹਨਾਂ ਦਾ ਕਿਤੇ ਬੀਪੀ ਵੱਧ ਘੱਟ ਜਾਊਗਾ, ਹੈ ਨਾ, ਫਿਰ ਤੂੰ ਚੰਗਾ ਰਹੂੰਗਾ, ਫਿਰ ਡਾਕਟਰ ਦੇ ਲੈ ਕੇ ਚੱਲ ਜੀ, ਉਹਦਾ ਵਲੌਗ ਬਣਾ ਦੀ। ਬੰਦੇ ਨੂੰ ਯਾਰ ਸੰਗੇ ਹੈ ਨਹੀਂ ਗੀ ਇਹਨੂੰ। ਫਿਰ ਇਹਨੇ ਥੰਬਨੇਲ ਬਣਾਇਆ, ਉਹਦੇ ਵਿੱਚ ਇਹਨੇ ਆਪਣੀ ਮੰਮੀ ਦੀਆਂ ਇੱਦਾਂ ਫੋਟੋਆਂ ਯੂਜ਼ ਕੀਤੀਆਂ, ਉਹਨੂੰ ਕਿੱਦਾਂ ਕਹੂੰਗਾ ਆਪਣੀ ਮੰਮੀ ਨੂੰ ਕਿ ਮੰਮੀ ਇੱਦਾਂ ਕੰਨਾਂ 'ਤੇ ਹੱਥ ਰੱਖ, ਇੱਦਾਂ ਦਾ ਮੂੰਹ ਬਣਾ, ਹੈ ਨਾ, ਤੇਰੀਆਂ ਅੱਖਾਂ ਦੇ ਉੱਪਰ ਪਾਣੀ ਲਾਉਂਦੇ ਆ, ਫਿਰ ਤੂੰ ਇੱਦਾਂ ਦੀ ਫੋਟੋ ਖਿਚਾ। ਅਤੇ ਉਹ ਤੋਂ ਬਾਅਦ ਇਹ ਫੋਟੋ ਇਹਨੇ ਥੰਬਨੇਲ 'ਤੇ ਯੂਜ਼ ਕੀਤੀ, ਮਤਲਬ ਲੋਕਾਂ ਸਾਹਮਣੇ ਇੱਦਾਂ ਪੇਸ਼ ਕੀਤਾ ਉਹਨੂੰ। ਕਿੰਨੀ ਘਟੀਆ ਗੱਲ ਆ, ਬੰਦੇ ਦੀ ਵਾਕਈ ਬਹੁਤ ਘਟੀਆ ਸੋਚ ਆ। ਭਰਾਵਾ ਕੋਈ ਕੰਮ ਕਾਰ ਕਰ ਲਾ, ਹੈ ਨਾ, ਪੈਸੇ ਕਮਾਉਣ ਲਈ।
बंदा कभी भी जिंदगी इन्ना आलसी ना होवे कि उन्हें अपने घर दियां जनानियां इदां दिखा दिखा के पैसे कमाने पैण। यह गल तो साडी गुरबाणी भी कहती कि अपनी दसां नौहां की किरत करो, काते नहीं काम करता है बंदा। मैनू तो समझ नहीं आती है कि सारा दिन बुढ़िया के सराहने बैठा रहिंदा है। ਵੈਲਕਮ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ। ਸੋ ਤੁਹਾਡੇ ਸਾਰਿਆਂ ਦੇ ਡੇਲੀ ਕਮੈਂਟ ਆਉਂਦੇ ਸੀਗੇ ਕਿ ਮੇਕਅਪ ਦਾ ਵਲੌਗ ਲੈ ਕੇ ਆਓ, ਅਤੇ ਸੋ ਅੱਜ ਮੈਂ ਵਲੌਗ ਬਣਾਉਣ ਜਾ ਰਹੀ ਹਾਂ, ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਬਹੁਤ ਪਸੰਦ ਆਏਗਾ। ਜੋ ਮੈਂ ਡੇਲੀ ਦੇ ਵਿੱਚ ਯੂਜ਼ ਕਰਦੀ ਹਾਂ ਸਿੰਪਲ ਮੇਕਅਪ, ਬਸ ਉਹਦਾ ਹੀ ਵਲੌਗ ਬਣਾਵਾਂਗੀ, ਅਤੇ ਦੇਖ ਲੈਣਾ। ਪਹਿਲੇ ਮੈਂ ਯੂਜ਼ ਕਰਦੀ ਹਾਂ ਪ੍ਰਾਈਮਰ, ਅਤੇ ਫਿਰ ਫਾਊਂਡੇਸ਼ਨ, ਅਤੇ ਮੈਂ ਯੂਜ਼ ਕਰਦੀ ਹਾਂ ਕੰਸੀਲਰ, ਫਿਰ ਲਾਈਨਰ, ਅਤੇ ਇਹ ਵੈਸੇ ਮੈਂ ਸ਼ਾਈਨਿੰਗ ਲਈ ਮੰਗਾਇਆ ਸੀ, ਇਹ ਵਾਲੇ ਆਈਜ਼ ਲਈ, ਅਤੇ ਲਾਸਟ ਵਿੱਚ ਮੇਕਅਪ ਸਪਰੇ। बहुत मनुष्य लग रहे हो, मत करो, रहने लो, रहने को बहुत बुरे लग रहे हो। तौबा तौबा, तेरे एक तो मैं डार्क सर्कल बड़े हैं ना, खाना भी नहीं। बिल्कुल सही जगह ते सही गल कही है, पूरी दुनिया नू पता लगना चाहिए कि उहदे च की कमियां आ, है ना, उहदे किधर डार्क सर्कल आ जां उहदे किन्नियां फैंसियां निकलियां आ, पूरी दुनिया नू दस चंगी तरह। फाउंडेशन तां हुण आपां लगा लईए, इस तों अलावा क्या लगाना चाहिए? बेसिक तां हुण लगा लईए, ते हुण मैं मेकअप फिक्स लगावांगी। हुण नू पता चला ई संदीप कांटे पाओ नाल सोहने लगनगे भी आ वाले कोल सिंपल लो जी। इन्हां नूं संदीप की कहिंदे, कांटे कहिंदे इन्हां नूं? नहीं, झांजरां कहिंदे इन्हां नूं। ਕਿਹੜਾ ਬੇਵਕੂਫ ਬੰਦਾ ਹੈ, ਕਿੱਦਾਂ ਦੇ ਸਵਾਲ ਪੁੱਛਦਾ ਰਹਿੰਦਾ ਆ, ਨਾ ਇਹਨੂੰ ਗੱਲ ਕਰਨ ਦੀ ਸੈਂਸ ਆ, ਮੈਂ ਕਿੱਥੇ ਕਿਹੜੀ ਗੱਲ ਕਰਨੀ ਆ। ਤੇ ਉੱਪਰੋਂ ਉਹ ਵੀ ਇੰਨਾ ਸਾਰਾ ਮੇਕਅਪ ਖੱਪ ਕੇ, ਹੈ ਨਾ, ਮੋਰੇ ਕਹਿੰਦੀ ਕਿਹੜਾ ਲੱਗਾ ਮੇਰਾ ਮੇਕਅਪ। ਸੋ ਮੈਂ ਇੰਨਾ ਕਿ ਡੇਲੀ ਦੇ ਵਿੱਚ ਯੂਜ਼ ਕਰਦੀ ਹਾਂ ਮੇਕਅਪ ਆਪਣੇ ਲਈ, ਅਤੇ ਮੈਨੂੰ ਜ਼ਿਆਦਾ ਮੇਕਅਪ ਨਹੀਂ ਕਰਨਾ ਆਉਂਦਾ, ਅਤੇ ਨਾ ਹੀ ਮੈਨੂੰ ਜ਼ਿਆਦਾ ਪਸੰਦ ਹੈ। ਜਿੰਨਾ ਮੇਕਅਪ ਤੂੰ ਕੀਤਾ ਹੈ ਨਾ, ਇੰਨਾ ਮੇਕਅਪ ਲੋਕ ਆਪਣੇ ਵਿਆਹ ਵਾਲੇ ਦਿਨ ਕਰਦੇ ਆ, ਇੰਨਾ ਸਾਰਾ ਮੇਕਅਪ ਲਾ ਕੇ ਹਜੇ ਤੈਨੂੰ ਮੇਕਅਪ ਪਸੰਦ ਨਹੀਂ ਹੈਗਾ। ਇੱਦਾਂ ਦੀ ਕਿਹੜੀ ਚੀਜ਼ ਆ ਜਿਹੜੀ ਤੂੰ ਨਹੀਂ ਲਾਈ ਹੈਗੀ ਆਪਣੇ ਮੂੰਹ 'ਤੇ? ਅਤੇ ਇੱਕ ਇਹਨਾਂ ਨੇ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ ਨਾ, ਰਿਪਲਾਈ ਦੇਣੀਆਂ ਗੋਪੀ ਖਾਪੜ ਖੇੜੀ ਨੂੰ ਨਾ, ਉਹ ਇਹਨਾਂ ਨੂੰ ਰਿਪਲਾਈ ਕਰਦੇ ਸੀਗੇ, ਕਾਫੀ ਇਹਨਾਂ ਨੇ ਇਹ ਚੀਜ਼ ਚਲਾਈ, ਕੰਟਰੋਵਰਸੀ ਜੀ ਕੀਤੀ, ਪਰ ਫਿਰ ਵੀ ਇੰਨਾ ਕੁਛ ਫਾਇਦਾ ਨਹੀਂ ਹੋਇਆ, ਇੰਨੇ ਜ਼ਿਆਦਾ ਵਿਊ ਨਹੀਂ ਆਏ ਹੈਗੇ। ਅਤੇ ਉਸ ਤੋਂ ਬਾਅਦ ਹੈ ਨਾ, ਤੁਸੀਂ ਦੀਪ ਮਠਾੜੂ ਦੇ ਰੋਸਟ ਤਾਂ ਬਹੁਤ ਦੇਖੇ ਹੋਣੇ ਆ, ਪਰ ਕਦੀ ਇਹਦਾ ਘਰਦਿਆਂ ਨੇ ਰੋਸਟ ਕੀਤਾ ਉਹ ਨਹੀਂ ਦੇਖਿਆ ਹੋਣਾ। ਮੈਨੂੰ ਕਹਿੰਦੇ ਇਹ ਕੀ ਗੱਲ, ਮੈਂ ਕਿਹਾ ਭਾਂਡੇ ਧੋਣ ਵਾਸਤੇ ਲੈਣੇ ਆ, ਅਤੇ ਕਹਿੰਦੇ ਤੂੰ ਵੀ ਲੱਭੀ ਜਾਂਦੀ ਆ। ਮੈਂ ਕਿਹਾ ਮੈਂ ਸਰਫਾਜ਼ ਲੱਭ ਨਹੀਂ ਪਈ ਆ, ਤੂੰ ਕਿਤੇ ਸਰਫਾਜ਼ ਪਈ ਆ? ਆ ਭਾਬੀ ਵੱਲੋਂ ਪਹਿਲਾ ਗਿਫਟ ਦੀਪ ਮਠਾੜੂ ਨੂੰ। ਠੀਕ ਆ, ਮੰਮੀ ਪਾਪਾ ਦੀ ਇੱਕ ਵੀਡੀਓ ਤਿਆਰ ਕਰੀ ਆ? ਨਾ ਨਾ, ਫੇਰ ਨਹੀਂ ਕੁਛ ਰਹਿਣਾ, ਬਾਅਦ ਬਾਅਦ ਤੁਹਾਨੂੰ ਸੌਂਗ ਨਹੀਂ ਵੀਡੀਓ ਬਣਾਉਣੇ ਮੁੰਡਾ ਬਣਾਇਆ, ਕਦੇ ਸਾਰੇ ਬਣਾਉਂਦੇ ਆ। ਚਲੋ ਬਾਕੀ ਜੋ ਮਰਜ਼ੀ ਆ, ਕਮ ਸੇ ਕਮ ਦੀਪ ਮਠਾੜੂ ਦੇ ਰਿਸ਼ਤੇਦਾਰਾਂ ਨੂੰ ਪਤਾ ਤਾਂ ਹੈ ਕਿ ਦੀਪ ਮਠਾੜੂ ਬਹੁਤ ਗਲਤ ਕਰਦਾ ਕਈ ਚੀਜ਼ਾਂ ਦੇ ਵਿੱਚ। ਅਤੇ ਆਪਾਂ ਵੀ ਹੁਣ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਮੇਰੀ ਪੂਰੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ। ਅਤੇ ਵੈਸੇ ਮੈਨੂੰ ਪਤਾ ਸੀਗਾ ਕਿ ਮੈਂ ਕਾਫੀ ਲੇਟ ਵੀਡੀਓ ਬਣਾਈ ਆ, ਆਹ ਵਾਲੀ ਵੀ ਅਤੇ ਪਿਛਲੀ ਵੀ, ਅਤੇ ਮੈਂ ਕੋਸ਼ਿਸ਼ ਕਰੂੰਗੀ ਕਿ ਹੁਣ ਨੈਕਸਟ ਵੀਡੀਓ ਜਲਦੀ ਬਣਾਵਾਂ। ਐਕਚੁਅਲੀ ਮੇਰੀ ਸਟੱਡੀ ਦਾ ਸੀਗਾ ਥੋੜ੍ਹਾ ਜਿਹਾ, ਉਹਦੇ ਕਰਕੇ ਮੈਂ ਲੇਟ ਹੋ ਗਈ ਸੀਗੀ। ਅਤੇ ਬਾਕੀ ਮੇਰੀ ਪੂਰੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ। ਜੇ ਤੁਸੀਂ ਮੈਨੂੰ ਇੰਸਟਾਗ੍ਰਾਮ ਦੇ ਉੱਪਰ ਫੋਲੋ ਕਰਨਾ ਚਾਹੁੰਦੇ, ਮੇਰੀ ਆਈਡੀ ਉੱਪਰ ਮੈਂਸ਼ਨ ਆ, ਤੁਸੀਂ ਉੱਥੇ ਜਾ ਕੇ ਮੈਨੂੰ ਫੋਲੋ ਕਰ ਸਕਦੇ ਹਾਂ। ਅਤੇ ਜੇ ਮੇਰੀ ਵੀਡੀਓ ਵਧੀਆ ਲੱਗੀ, ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦਿਓ। ਓਕੇ, ਬਾਏ।